ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ ਵੀਰੋ? ਫਰੀਦਕੋਟ ਦੇ ਹਲਕੇ ਵਿੱਚ ਲੋਕ ਸਭਾ ਚੋਣਾਂ ਵਿੱਚ ਸਿੱਖ ਪੰਥ ਨੇ ਭਾਈ ਸਰਬਜੀਤ ਸਿੰਘ ਨੂੰ ਬਹੁਤ ਜ਼ਿਆਦਾ ਵੋਟਾਂ ਪਾਈਆਂ ਵੈਂ, ਲੇਕਿਨ ਪ੍ਰਸ਼ਾਸਨ ਧਾਂਦਲੀ ਕਰਕੇ ਉਹਨਾਂ ਨੂੰ ਹਰਾ ਰਹੀ ਹੈ। ਵੀਰੋ ਕੀ ਹੋ ਰਿਹਾ ਵੈ? ਤਫਸੀਲ ਅੱਜ ਅਸੀਂ ਮੱਖੂ ਸਾਹਿਬ ਦੀ ਜ਼ੁਬਾਨੀ ਪੂਰੀ ਅੱਜ ਦੀ ਵੀਡੀਓ ਵਿੱਚ ਜਾਣਾਂਗੇ, ਸੋ ਚੱਲ ਕੇ ਵੀਡੀਓ ਦੇਣੇ ਹਾਂ ਅਤੇ ਇਸ ਦੇ ਬਾਰੇ ਜਾਣਦੇ ਹਾਂ। ਹੈਲੋ ਹੈਲੋ, ਸਰਦਾਰ ਦਲੀਰ ਸਿੰਘ ਡੋਡ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਸਿਹਤਾਂ ਦੇ ਕੀ ਹਾਲ ਚਾਲ ਨੇ ਵੀਰ ਦੀਆਂ? ਚੜ੍ਹਦੀ ਕਲਾ ਜੀ, ਕਿਰਪਾ ਸਤਿਗੁਰੂ ਦੀ ਜੀ। ਦਲੇਰ ਸਿੰਘ, ਇੱਕ ਜਾਣਕਾਰੀ ਮੈਨੂੰ ਦਿਓ ਯਾਰ, ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਨੇ ਇਲੈਕਸ਼ਨ ਲੜਿਆ ਜੀ ਜੀ, ਔਰ ਕਰੀਬ ਜੇ ਪੰਜਾਬ ਦੇ ਬਾਕੀ ਹਲਕਿਆਂ ਦੀ ਗੱਲ ਕਰੀਏ ਤੇ ਏਡੀ ਵੱਡੀ ਚਰਚਾ ਨਹੀਂ ਹੈ ਜਿੱਡੀ ਵੱਡੀ ਚਰਚਾ ਇੱਥੇ ਛਿੜੀ ਹੋਈ EVM ਮਸ਼ੀਨਾਂ ਨੂੰ ਲੈ ਕੇ। ਜੀ ਜੀ, ਇੱਕ ਨਹੀਂ ਦੋ ਨਹੀਂ ਕਈ ਹੁਣ ਤੱਕ ਵੀਡੀਓ ਵਾਇਰਲ ਹੋ ਗਈਆਂ ਨੇ ਜਿਹਦੇ ਵਿੱਚ ਬਕਾਇਦਾ ਇਹ ਚੀਜ਼ ਦੱਸੀ ਜਾ ਰਹੀ ਹੈ ਵੀ ਜੇ ਸ਼ਾਮ ਤੱਕ ਵੋਟਾਂ ਪੈ ਗਈਆਂ ਸੀ ਉਹ ਮਸ਼ੀਨਾਂ ਸਾਰੀ ਰਾਤ ਕਿੱਥੇ ਰਹੀਆਂ ਨੇ, ਕਿਉਂਕਿ ਵੀਰਾਂ ਨੇ ਦੱਸਿਆ ਸੀ ਵੀ ਤੜਕਾ ਹੋ ਗਿਆ। ਆਹ ਦੇਖੋ ਜੀ, ਸਟਰੋਂਗ ਰੂਮ ਅਜੇ ਤੱਕ ਖੁੱਲਾ ਪਿਆ ਤੇ ਅਜੇ ਤੱਕ ਇੱਥੇ ਮਸ਼ੀਨਾਂ ਆਈਆਂ ਨਹੀਂ ਗਈਆਂ ਤੇ ਲੰਮੇ ਸਮੇਂ ਤੋਂ ਇਹ ਜਿਹੜੀਆਂ ਮਸ਼ੀਨਾਂ ਦੇ ਵਿੱਚ ਗੜਬੜ ਹੋਣ ਦੀਆਂ ਗੱਲਾਂ ਪ੍ਰਚਲਿਤ ਨੇ, ਕਿਤੇ ਨਾ ਕਿਤੇ ਆਹ ਚੀਜ਼ ਵੇਖ ਕੇ ਸ਼ੱਕ ਥੋੜਾ ਜਿਹਾ ਗਾਹਰਾ ਹੋ ਰਿਹਾ ਆ। ਤੇ ਮੈਂ ਇੱਕ ਤੁਹਾਡੇ ਕੋਲ ਜਾਣਕਾਰੀ ਤਾਂ ਲੈਣੀ ਚਾਹੁੰਦਾ ਵਾਂ, ਕਿਉਂਕਿ ਜੇ ਗੱਲ ਕਰੀਏ ਲੋਕ ਸਭਾ ਹਲਕਾ ਫਰੀਦਕੋਟ ਦੀ ਤੇ ਇੱਥੋਂ ਤੁਸੀਂ ਬੜੇ ਸਿਰਕੱਢ ਮੈਂਬਰ ਹੋ ਭਾਈ ਸਰਬਜੀਤ ਸਿੰਘ ਜੀ ਦੀ ਟੀਮ ਦੇ, ਇੰਨੀ ਮਿਹਨਤ ਕੀਤੀ ਸਾਡੀ ਕਿਸ ਕੰਮ ਆਏਗੀ? ਜੇ ਹੁਣ ਆਪਾਂ ਮਿਹਨਤ ਨਾ ਕੀਤੀ, ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਦੇ ਕਿਉਂ ਨਹੀਂ? ਜਿਹੜੇ ਉੱਥੇ ਬਕਾਇਦਾ ਅਫਸਰ ਬਣਾਏ ਹੋਏ ਸੀ ਇਹਨਾਂ ਨੇ, ਉਹਨਾਂ ਦੇ ਨਾਲ ਮੁਲਾਕਾਤ ਕਿਉਂ ਨਹੀਂ ਕਰਦੇ ਇਸ ਮੈਟਰ ਨੂੰ ਲੈ ਕੇ ਵੀ ਸਾਰੀ ਰਾਤ ਮਸ਼ੀਨਾਂ ਕਿੱਥੇ ਰਹੀਆਂ ਨੇ, ਸ਼ਾਮ ਤੱਕ ਵੋਟਿੰਗ ਹੋ ਗਈ ਹੈ, ਮਸ਼ੀਨਾਂ ਅਗਲੇ ਦਿਨ ਸਵੇਰ ਤੱਕ ਇੱਥੇ ਪਹੁੰਚਦੀਆਂ ਪਈਆਂ ਨੇ ਸਟਰੋਂਗ ਰੂਮ ਦੇ ਵਿੱਚ, ਕੀ ਕਾਰਨ ਹੈ? ਅਸੀਂ ਭਾਈ ਸਾਹਿਬ ਜੀ ਤੁਹਾਡੇ ਰਾਹੀਂ ਜਾਣਕਾਰੀ ਦੇਣਾ ਚਾਹੁੰਦੇ ਹਾਂ, ਸਾਰੇ ਆਪਣੇ ਜਿੰਨੇ ਵੀ ਆ ਵੀਰ ਆ ਹਮਦਰਦ ਆ ਜਿਨ੍ਹਾਂ ਨੇ ਸ਼ਹੀਦ ਭਾਈ ਬਿਆਸ ਸਿੰਘ ਨੂੰ ਸਜਦਾ ਕੀਤਾ। ਇੱਥੋਂ ਮੈਂ ਤੁਹਾਡੀ ਜਾਣਕਾਰੀ ਦੇ ਦੇਵਾਂ, ਕਿਉਂਕਿ ਲੋਕਾਂ ਦੀਆਂ ਨਜ਼ਰਾਂ ਤਾਂ ਲੋਕ ਤੁਹਾਨੂੰ ਵੀ ਮੱਖੂ ਸਾਹਿਬ ਤਾਂ ਫੋਨ ਲਾ ਰਹੇ ਆ। ਇੱਥੇ ਕੌਮ ਦਾ ਹੀਰਾ ਸ਼ਹੀਦ ਭਾਈ ਬਿਆਸ ਸਿੰਘ ਜੀ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖ ਕੇ ਇੱਕ ਇਤਿਹਾਸ ਸਿਰਜਿਆ। ਉਹ ਸ਼ਹੀਦ ਭਾਈ ਬਿਆਸ ਸਿੰਘ ਦੀ ਜਿੱਤ ਹੋਣੀ ਇੱਥੋਂ, ਤਾਂ ਹੀ ਸਰਕਾਰਾਂ ਤੇ ਵੀ ਸਾਨੂੰ ਸ਼ੱਕ ਆ। ਇੱਥੇ ਸਰਬਜੀਤ ਵੇਖ ਰਹੀਆਂ, ਹਾਂ ਬਿਲਕੁਲ, ਮੈਂ ਤੁਹਾਡੀ ਵੱਡੀ ਗੱਲ ਕਰਦੇ ਹਾਂ, ਜੇ ਆਪਾਂ ਇਸੇ ਗੱਲ ਦੇ ਉੱਪਰ ਲੈ ਲਈਏ ਵੀ ਜੇ ਜਿੱਤ ਹੋਣੀ ਹੈ ਨਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਨਹੀਂ ਹੋਣੀ, ਉਹਨਾਂ ਦੇ ਪਿਤਾ ਜੀ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਸੋਧਾ ਲਾਇਆ ਸੀ ਤੇ ਕੌਮ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਂਦੀ ਸੀ, ਜਿੱਤ ਉਹਨਾਂ ਦੀ ਹੋਣੀ ਹੈ। ਤੇ ਮੈਂ ਮਾਫ਼ੀ ਮੰਗ ਕੇ ਗੱਲ ਆਖਣ ਲੱਗਾ ਮੈਂ, ਜੇ ਹਾਰ ਹੁੰਦੀ ਹੈ ਤੇ ਹਾਰ ਭਾਈ ਸਰਬਜੀਤ ਸਿੰਘ ਦੀ ਨਹੀਂ ਮੰਨੀ ਜਾਵੇਗੀ, ਹਾਰ ਭਾਈ ਬੇਅੰਤ ਸਿੰਘ ਦੀ ਮੰਨੀ ਜਾਵੇਗੀ। ਬਿਲਕੁਲ ਜੀ, ਅਸੀਂ ਲੋਕਾਂ 'ਚ ਵੀ ਇਹੀ ਗੱਲ ਲੈ ਗਏ ਸੀ ਵੀ ਜਿਹੜਾ ਸਾਡਾ ਮਸਲ, ਜਿਹੜਾ ਅਸੀਂ ਗਲੀਆਂ ਨਾਲੀਆਂ ਦੀ ਲੜਾਈ ਨਹੀਂ ਲੜ ਰਹੇ, ਅਣਖ ਤੇ ਗੈਰ ਦੀ ਲੜਾਈ ਲੜ ਰਹੇ ਹਾਂ ਤੇ ਬਿਲਕੁਲ ਸ਼ਹੀਦ ਭਾਈ ਬਿਆਸ ਸਿੰਘ ਦੀ ਜਿੱਤ ਹੋਣੀ ਆ ਜੇ ਹੋਈ। ਜੇ ਹਾਰ ਵਾਲੀ ਗੱਲ, ਇਹ ਵੀ ਤੁਹਾਡੀ ਜਮਾਂ ਗੱਲ ਮੈਂ ਸਹਿਮਤ ਹਾਂ 100%, ਤੇ ਸਰਕਾਰਾਂ ਵੀ ਸਾਨੂੰ, ਸਰਕਾਰਾਂ ਤੇ ਵੀ ਸ਼ੱਕ ਤਾਂ ਦੁਨੀਆਂ ਭਰ ਵਰਲਡ ਦੇ ਲੋਕਾਂ ਨੂੰ ਵੀ, ਅੱਜ ਜਿੰਨੇ ਹਮਦਰਦ ਆ ਲੋਕ ਜਿਹੜੇ ਬਾਹਰ ਬੈਠੇ ਆ ਉਹਨਾਂ ਦੀਆਂ ਵੀ ਨਜ਼ਰਾਂ ਤਾਂ ਹੀ ਫਰੀਦਕੋਟ ਸੀਟ ਤੇ ਆ ਵੀ ਸ਼ਹੀਦ ਭਾਈ ਬਿਆਸ ਸਿੰਘ ਦੇ ਕਾਰਨ, ਕਿਉਂਕਿ ਇੱਕ ਬਹੁਤ ਵੱਡਾ ਸੁਨੇਹਾ ਮੈਸੇਜ ਜਾਣਾ ਦੁਨੀਆਂ ਭਰ ਨੂੰ ਵੀ, ਸ਼ਹੀਦ ਭਾਈ ਬਿਆਸ ਸਿੰਘ ਜਿਹਨੇ ਸਿੱਖ ਕੌਮ ਦੇ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਸੀ, ਉਸ ਪਾਪਣ ਨੂੰ ਸੋਧ ਕੇ ਸਿੱਖਾਂ ਦੇ ਸੱਚਖੰਡ ਹਰਿਮੰਦਰ ਸਾਹਿਬ ਨੂੰ ਢਾਉਣ ਵਾਲੀ ਨੂੰ ਸੋਧਾ ਲਾਇਆ ਸੀ, ਉਹਦੇ ਉਹਦੇ ਪ੍ਰਤੀ ਕਿੰਨੇ ਲੋਕਾਂ 'ਚ ਅੱਜ ਵੀ ਸ਼ਰਧਾ, ਕਿੰਨਾ ਪ੍ਰੇਮ ਆ, ਕਿੰਨਾ ਸਤਿਕਾਰ ਆ, ਇਹ ਮੈਸੇਜ ਜਾਣਾ ਦੁਨੀਆਂ ਭਰ ਨੂੰ। ਸਾਨੂੰ ਵੀ ਤਾਂ ਹੀ ਇਹਤੇ ਆ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਾਂ। ਜਿਹੜੀ ਗੱਲ ਤੁਸੀਂ ਕੀਤੀ ਆ ਵੀ ਇਹਦੇ ਤੇ ਤੁਸੀਂ ਮਿਹਨਤ ਕੀਤੀ ਆ ਵੀ ਤੁਸੀਂ ਅੱਜ ਪ੍ਰਸ਼ਾਸਨ ਨਾਲ ਕਿਉਂ ਨਹੀਂ ਗੱਲ ਕਰ ਰਹੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਸੀਂ ਜਿਸ ਦਿਨ ਵੋਟਿੰਗ ਹੋ ਗਈ ਉਸੇ ਦਿਨ 8 ਵਜੇ ਤੋਂ ਲੈ ਕੇ ਸਾਰੀ ਰਾਤ ਉੱਥੇ ਪਹਿਰਾ ਦਿੱਤਾ, 11:30 ਤੱਕ ਮੈਂ ਖੁਦ ਨਹੀਂ, ਰਾਤ 8 ਵਜੇ ਤੋਂ ਲੈ ਕੇ ਸਾਰੀ ਰਾਤ ਤੁਸੀਂ ਉੱਥੇ ਰਹੇ? ਸਾਰੀ ਰਾਤ ਉੱਥੇ ਰਹੇ। ਸਟਰੋਂਗ ਰੂਮ ਰਹੇ ਕਿ ਕਿੱਥੇ ਰਹੇ?
ਅਸੀਂ ਬਲਜਿੰਦਰਾ ਕਾਲਜ ਦੇ ਵਿੱਚ ਜਿੱਥੇ ਜਮ੍ਹਾਂ ਹੋਣੀਆਂ ਸੀ ਉੱਥੇ ਬਾਹਰ ਗਰਾਊਂਡ ਦੇ ਵਿੱਚ ਸੀ। ਕਾਰਨ ਕੀ ਸੀਗਾ ਵੀ ਸਾਨੂੰ ਕਹਿ ਰਹੇ ਸੀ 12 ਵਜੇ ਆਉਣਗੀਆਂ ਮਸ਼ੀਨਾਂ ਜਿਹੜੀਆਂ ਬਾਕੀ ਹਲਕਿਆਂ ਦੀਆਂ। ਅੱਛਾ ਇਹ ਗੱਲ ਤੁਹਾਨੂੰ 12 ਵਜੇ ਦੀ ਕਿੰਨੇ ਕਹੀ ਵੀ 12 ਵਜੇ ਮਸ਼ੀਨਾਂ ਆਉਣਗੀਆਂ? ਪ੍ਰਸ਼ਾਸਨ ਕਹਿ ਰਿਹਾ ਸੀ 12 ਵਜੇ ਮਸ਼ੀਨਾਂ ਆ ਜਾਣਗੀਆਂ ਜੀ। ਤੇ ਮਸ਼ੀਨਾਂ ਆਈਆਂ ਕਿੰਨੇ ਵਜੇ? ਆਪਣੇ ਸਟਰੋਂਗ ਰੂਮ ਦੇ ਵਿੱਚ ਲੌਕ ਕਰਨੀਆਂ, ਫਿਰ ਕੀ ਆ ਫਿਰ 4 ਵਜੇ ਫਿਰ 6 ਵਜੇ ਮਸ਼ੀਨਾਂ ਜਿਵੇਂ ਗਿੱਦੜਵਾਈ ਦੀਆਂ 9 ਵਜੇ ਆਈਆਂ ਜੀ, ਰਾਮਪੁਰਾ ਫੂਲ ਦੀਆਂ 7 ਵਜੇ ਆਈਆਂ, ਮੈਂ ਚਾਹਾਂਗਾ ਆਪਾਂ ਦਰਸ਼ਕਾਂ ਨੂੰ ਨਾ ਜਾਣਕਾਰੀ ਪੂਰੀ ਦਈਏ, ਅਧੂਰੀ ਜਾਣਕਾਰੀ ਕਈ ਵਾਰੀ ਨੁਕਸਾਨਦੇਹੀ ਹੋ ਜਾਂਦੀ ਹੈ ਮੇਰੇ ਵੀਰੇ। ਤੁਸੀਂ ਜਿਵੇਂ ਇਲੈਕਸ਼ਨ ਮੰਨ ਲਓ ਸ਼ਾਮ ਤੱਕ ਨਿਬੜ ਗਿਆ 1 ਤਰੀਕ ਨੂੰ, ਤੁਸੀਂ 8 ਵਜੇ ਜਿੱਥੇ ਮਸ਼ੀਨਾਂ ਜਮ੍ਹਾਂ ਹੋਣੀਆਂ ਸੀ ਤੁਸੀਂ ਫਰੀਦਕੋਟ ਉੱਥੇ ਪਹੁੰਚ ਗਏ ਜੀ ਜੀ, ਠੀਕ ਹੈ ਜੀ। ਤੁਸੀਂ ਕਿਹਾ ਵੀ ਅਸੀਂ ਪਾਰਕ ਵਿੱਚ ਬੈਠੇ ਰਹੇ ਤੇ ਸਾਨੂੰ ਪ੍ਰਸ਼ਾਸਨ ਨੇ ਕਿਹਾ ਵੀ ਰਾਤ 12 ਵਜੇ ਤੱਕ ਮਸ਼ੀਨਾਂ ਪਹੁੰਚ ਜਾਣਗੀਆਂ ਜੀ ਜੀ ਜੀ। ਤੁਸੀਂ ਕਿਹਾ ਵੀ 12 ਵਜੇ ਨਹੀਂ ਆਏ, ਫਿਰ ਸਾਨੂੰ ਕਹਿੰਦੇ 4 ਵਜੇ ਪਹੁੰਚ ਜਾਣਗੀਆਂ, 4 ਵਜੇ ਨਹੀਂ ਆਈਆਂ, ਫਿਰ ਤੁਸੀਂ ਕਿਹਾ 6 ਵਜੇ ਤੱਕ ਨਹੀਂ ਆਈਆਂ। ਮੈਂ ਉੱਥੋਂ ਦੀਆਂ ਉਹ ਵੀਡੀਓਜ਼ ਦੇਖੀਆਂ ਨੇ ਜਿੱਥੇ ਲੋਕਾਂ ਨੇ ਬਕਾਇਦਾ ਵੀਡੀਓ ਬਣਾਈਆਂ ਨੇ, ਮੈਂ ਉਹਨਾਂ ਮੁੰਡਿਆਂ ਦੇ ਨਾਮ ਨਹੀਂ ਜਾਣਦਾ ਪਰ ਵੀਡੀਓ ਤੇ ਵਾਇਰਲ ਹੋਈਆਂ ਨੇ, ਉਹਦੇ ਵਿੱਚ ਉਹਨਾਂ ਦੇ ਫੇਸ ਆਏ ਨੇ ਜਿਹਦੇ ਵਿੱਚ ਉਹ ਗੱਲ ਕਹਿ ਰਹੇ ਨੇ ਵੀ ਸਾਰੀ ਰਾਤ ਹੋ ਗਈ ਸਾਨੂੰ ਸਟਰੋਂਗ ਰੂਮ ਅਜੇ ਤੱਕ ਖੁੱਲ੍ਹਾ, ਜੇ ਆ ਵੇਖੋ ਤੇ ਅਸੀਂ ਇੱਥੇ ਬੈਠੇ ਹਾਂ ਮਸ਼ੀਨਾਂ ਨਹੀਂ ਆਈਆਂ, ਮਸ਼ੀਨਾਂ ਕਿੱਥੇ ਨੇ? ਸੋ ਸਵਾਲ ਆਪਣੇ ਆਪ ਦੇ ਵਿੱਚ ਇਹ ਚੀਜ਼ ਦਾ ਆ ਰਿਹਾ ਤੇ ਜਿਹੜੇ ਇਲੈਕਸ਼ਨ ਲੜ ਰਿਹਾ ਹੁੰਦਾ ਕੈਂਡੀਡੇਟ ਹੈ ਨਾ ਮੇਰੇ ਵੀਰ, ਉਹਨੂੰ ਪੁੱਛਣ ਦਾ ਪੂਰਾ ਅਧਿਕਾਰ ਹੁੰਦਾ, ਉਹ ਪ੍ਰਸ਼ਾਸਨ ਨੂੰ ਕਿਸੇ ਵੇਲੇ ਵੀ ਇਸ ਗੱਲ ਬਾਰੇ ਜਾਣਕਾਰੀ ਮੁਹੱਈਆ ਕਰਵਾ ਸਕਦਾ ਹੈ ਵੀ ਭਾਈ ਮਸ਼ੀਨਾਂ ਵਿੱਚ ਦੇਰੀ ਹੋਈ ਹੈ ਤੇ ਕਿਉਂ ਹੋਈ ਹੈ। ਤੇ ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣੀ ਚਾਹੁੰਦਾ ਮੈਂ ਵੀਰ ਜੀ, ਜੇ ਨਾ ਪਤਾ ਹੋਵੇ ਤੇ ਦਲੇਰ ਸਿੰਘ ਜੀ, ਜਦੋਂ ਇਲੈਕਸ਼ਨ ਹੋ ਜਾਂਦਾ ਹੈ ਉਸ ਤੋਂ ਬਾਅਦ ਮਸ਼ੀਨਾਂ ਦੀ ਬਕਾਇਦਾ ਵੀਡੀਓਗ੍ਰਾਫੀ ਸ਼ੁਰੂ ਹੋ ਜਾਂਦੀ ਹੈ, ਜੇ ਕੈਂਡੀਡੇਟ ਚਾਹੇ ਤੇ ਪ੍ਰਸ਼ਾਸਨਿਕ ਅਧਿਕਾਰੀ ਉਹ ਪੂਰੀ ਦੀ ਪੂਰੀ ਜਿਹੜੀ ਵੀਡੀਓ ਹੈ ਉਹ ਅੱਗੇ ਮੁਹੱਈਆ ਕਰਵਾ ਸਕਦੇ ਆ। ਆਪਾਂ ਹੁਣ ਤੱਕ ਪਹੁੰਚ ਕੀਤੀ ਇਸ ਮਾਮਲੇ ਦੇ ਵਿੱਚ ਕਿ ਨਹੀਂ ਕੀਤੀ? ਬਿਲਕੁਲ ਜੀ, ਡੀਸੀ ਸਾਹਿਬ, ਦੋਵੇਂ ਡੀਸੀ ਸਾਹਿਬ, ਮੋਗਾ ਡੀਸੀ, ਫਰੀਦਕੋਟ ਡੀਸੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ, 9 ਦੇ 9 SDM ਸਾਹਿਬ ਸੀ, ਅਸੀਂ ਉਹ ਚ ਭਾਈ ਸਰਬਜੀਤ ਸਿੰਘ ਜੀ ਖਾਲਸਾ, ਗੁਰਸੇਵਕ ਸਿੰਘ ਜਵਾਰ ਕੇ ਬਾਕੀ ਟੀਮ ਨੇ ਗੱਲਬਾਤ ਕੀਤੀ ਵੀ ਜਦੋਂ ਮਸ਼ੀਨਾਂ ਦੇਰੀ ਨਾਲ ਕਿਉਂ ਆਈਆਂ। ਉਹਨਾਂ ਦੀ ਇਹੀ ਕਹਿਣਾ ਸੀ ਵੀ ਇਹ ਜਿਵੇਂ ਗਿੱਦੜਵਾਹਾ ਚ ਹਲਕੇ ਦੇ ਵਿੱਚ ਪਿੰਡਾਂ ਚ ਗਈਆਂ, ਗਿੱਦੜਵਾਈ ਪਹਿਲਾਂ ਇਕੱਠੀਆਂ ਹੋਈਆਂ, ਰਾਮਪੁਰਾ ਫੂਲ ਵਾਲੀਆਂ ਰਾਮਪੁਰੇ ਪਹਿਲਾਂ ਜਿਹੜਾ ਸੈਂਟਰ ਉੱਥੇ ਇਕੱਠੀਆਂ ਹੋਈਆਂ, ਜੈਤੋ ਦੀਆਂ ਪਹਿਲਾਂ ਫਿਰ ਜੈਤੋ ਇਕੱਠੀਆਂ ਹੋਈਆਂ ਸਾਰੇ ਪਿੰਡਾਂ ਚੋਂ ਆ ਕੇ, ਇਵੇਂ ਕੋਟਕਪੂਰੇ ਦੀਆਂ ਕੋਟਕਪੂਰੇ ਇਕੱਠੀਆਂ, ਕਿਉਂਕਿ 5 ਵਿਧਾਨ ਸਭਾ ਹਲਕਾਂ ਦੀਆਂ ਜਿਹੜੀਆਂ ਇੱਥੇ ਆਪਣਾ ਗਿਣਤੀ ਹੋਣੀ ਹੈ ਫਰੀਦਕੋਟ, 4 ਦੀ ਮੋਗੇ ਹੋਣੀ ਆ। ਅਸੀਂ ਉੱਥੇ ਰੌਲਾ ਵੀ ਪਾਇਆ, ਉੱਥੇ ਅਸੀਂ ਗੱਲਬਾਤ ਵੀ ਕੀਤੀ ਸੋਸ਼ਲ ਮੀਡੀਆ ਰਾਹੀਂ ਵੀ, ਦੇਸ਼ ਵਿਦੇਸ਼ ਦੀਆਂ ਸੰਗਤਾਂ ਤੱਕ, ਲੋਕਾਂ ਤੱਕ ਆਵਾਜ਼ ਵੀ ਪਹੁੰਚਾਈ ਵੀ ਮਸ਼ੀਨਾਂ ਨਹੀਂ ਆਈਆਂ ਹੈਗੀਆਂ। ਉੱਥੇ ਹੁਣ ਡੀਸੀ ਸਾਹਿਬ ਉਹ ਕਹਿੰਦੇ ਅਸੀਂ ਵੀ ਨੌਕਰੀ ਕਰਨੀ, SDM ਸਾਹਿਬ ਸਾਰੇ ਬੈਠੇ ਸੀ, ਉਹਨੇ ਅਸੀਂ ਵੀ ਇੱਥੇ ਨੌਕਰੀ ਕਰਨੀ, ਇਹ ਚ ਕੋਈ ਇਸੋ ਜਿਹਾ ਮਸਲਾ ਨਹੀਂ, ਆਨਲਾਈਨ ਇੱਕ ਵੀਡੀਓਗ੍ਰਾਫੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ, ਜੇ ਤੁਸੀਂ ਸੀਲਾਂ ਚੈੱਕ ਕਰਨੀਆਂ ਮਸ਼ੀਨਾਂ ਦੀਆਂ ਸਾਰਿਆਂ ਦੀਆਂ ਸੀਲਾਂ ਚੈੱਕ ਕਰ ਸਕਦੇ ਹੋ, ਏਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ। ਜਿਵੇਂ ਅਸੀਂ ਕੁਛ ਮਸ਼ੀਨਾਂ ਜਿਵੇਂ ਲੇਟ ਆਈਆਂ ਪਿੰਡਾਂ ਚੋਂ, ਕੋਈ 2 ਵਜੇ ਆਈਆਂ, ਕੋਈ 12:30 ਆਈਆਂ, ਕੋਈ ਤਾਂ ਦੇਰੀ ਲੱਗ ਗਈ, ਹੁਣ ਅਸੀਂ ਤਾਂ ਇੱਥੇ ਵਿਸ਼ਵਾਸ ਕਰ ਸਕਦੇ ਹਾਂ, ਬਾਕੀ ਵਿਸ਼ਵਾਸ ਬਹੁਤਾ ਨਹੀਂ ਕਰ ਸਕਦੇ। ਕਾਰਨ ਕੀ ਆ, ਆ ਪਿੱਛੇ ਜੇ ਸੁਪਰੀਮ ਕੋਰਟ ਦੇ ਵਕੀਲਾਂ ਨੇ ਕੇਸ ਵੀ ਪਾਇਆ ਸੀ EM ਮਸ਼ੀਨਾਂ ਰਾਹੀਂ ਵੋਟਿੰਗ ਨਹੀਂ ਹੋਣੀ ਚਾਹੀਦੀ, ਬਿਲਕੁਲ, ਤੇ ਉਹਦੇ ਵਿੱਚ ਕਾਰਨ ਸ਼ੱਕੀ ਤਾਂ ਪਹਿਲਾਂ ਹੀ ਆ। ਆਮ ਵੀ ਲੋਕਾਂ ਦੀ ਆਵਾਜ਼ ਇਹ ਆ ਵੀ EM ਮਸ਼ੀਨਾਂ ਰਾਹੀਂ ਘਪਲਾਈਬਾਜ਼ੀ ਹੋ ਸਕਦੀ ਆ ਲੋਕਾਂ 'ਚ, ਪਹਿਲਾਂ ਤੋਂ ਗੱਲ ਚੱਲਦੀ ਜਦੋਂ ਸੁਪਰੀਮ ਕੋਰਟ 'ਚ ਕੇਸ ਚੱਲ ਰਿਹਾ, ਇਦੂ ਗੱਲ ਇਦੂ ਵੱਡੀ ਗੱਲ ਤਾਂ ਹੋ ਹੀ ਨਹੀਂ ਸਕਦੀ ਗੀ। ਤੇ ਕਿਉਂਕਿ ਸਾਨੂੰ ਇਹ ਫਿਰ ਇੱਥੇ ਹੁਣ ਅਸੀਂ ਤਾਂ ਆਪਣਾ ਗੱਲਬਾਤ ਹੀ ਕਰ ਸਕਦੇ ਹਾਂ, ਗੱਲਬਾਤ ਲੋਕਾਂ ਤੱਕ ਰੱਖ ਸਕਦੇ ਹਾਂ ਤੁਹਾਡੇ ਰਾਹੀਂ, ਚਾਹੇ ਲੋਕਾਂ ਤੱਕ ਅਸੀਂ ਤਾਂ ਇਹ ਗੱਲ ਦੱਸ ਸਕਦੇ ਜਿਹੜੀ ਸਾਡੇ ਨਹੀਂ ਨਹੀਂ ਜਦੋਂ ਪ੍ਰਸ਼ਾਸਨ ਨੇ ਇਹ ਗੱਲ ਕਹੀ ਹੈ ਤੁਹਾਨੂੰ ਬਈ ਅਸੀਂ ਜੇ ਤੁਹਾਨੂੰ ਸ਼ੱਕ ਹੈ ਤੇ ਭਾਈ ਅਸੀਂ ਵੀਡੀਓਗ੍ਰਾਫੀ ਤੁਹਾਨੂੰ ਦਿਖਾ ਸਕਦੇ ਹਾਂ ਪੂਰੀ ਦੀ ਪੂਰੀ, ਉਹਨਾਂ ਨੂੰ ਇਹ ਕਨਫਰਮ ਕਰੋ ਵੀ ਇਲੈਕਸ਼ਨ ਤੋਂ ਬਾਅਦ ਲਾਈਵ ਪੂਰੀ ਦੀ ਪੂਰੀ ਵਿਦਆਊਟ ਐਡੀਟਿੰਗ ਵਿਦਆਊਟ ਕਟਿੰਗ ਕੀ ਇਹ ਚੀਜ਼ ਤਿਆਰ ਹੋਈ ਹੈ? ਬਿਲਕੁਲ ਜੀ, ਇਹ ਆਪਣੇ ਭਾਈ ਸਾਹਿਬ ਉਹਨਾਂ ਨੇ, ਭਾਈ ਸਰਬਜੀਤ ਸਿੰਘ ਜੀ ਖਾਲਸਾ ਖੁਦ ਪਹੁੰਚੇ ਸੀ, ਭਾਈ ਗੁਰਸੇਵਕ ਸਿੰਘ ਜਵਾਰ ਕੇ, ਉਹਨਾਂ ਨੇ ਵੀ ਕਿਹਾ ਵੀ ਸਾਨੂੰ ਇਹ ਜਿਹੜੀ ਵੀਡੀਓਗ੍ਰਾਫੀ ਦਿਖਾਓ, ਉਹਨਾਂ ਨੇ ਦਿਖਾ ਦਿੰਦੇ ਆ। ਅਸੀਂ ਇਹ ਵੀ ਸੋਚਿਆ ਸੀ ਕੁਝ ਮਾਹਰ ਬੰਦੇ ਹੋਣ ਵੀ ਕਟਿੰਗ ਨਾ ਹੋਵੇ, ਤੁਹਾਨੂੰ ਕਟਿੰਗ ਨਾ ਕਰਕੇ ਦਿਖਾ ਦੇਣ,
ਬਿਮਾਰ ਬੰਦਿਆਂ ਦੀ ਇੱਕ ਟੀਮ ਬਣਾ ਕੇ ਆਪਾਂ ਦੇਖਾਂਗੇ, ਸਾਰੀ ਨਜ਼ਰ ਰੱਖ ਰਹੇ ਹਾਂ ਅਸੀਂ, ਤਿੱਖੀ ਨਜ਼ਰ ਰੱਖ ਰਹੇ ਹਾਂ, ਕਿਉਂਕਿ ਇਹ ਜਿਹੜੀ ਇਲੈਕਸ਼ਨ ਆ ਇਹ ਕੋਈ ਅਸੀਂ ਤਾਂ ਲੜੀ ਨੀ ਗੀ, ਇਹ ਇਲੈਕਸ਼ਨ ਬਾਈ ਜੀ ਇਹ ਲੜੀਏ ਕੌਮ ਨੇ, ਇਹ ਲੜੀਏ ਪੰਜਾਬ ਦੇ ਲੋਕਾਂ ਨੇ, ਇਹ ਲੜੀਏ ਜਿਹਨਾਂ ਨੂੰ 84 ਦਾ ਦਰਦ ਅੰਦਰ ਸੀ ਉਹਨਾਂ ਲੋਕਾਂ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕੋ ਸੀ ਬਈ ਭਾਈ ਬੇਅੰਤ ਸਿੰਘ ਜੀ ਦਾ ਮੁੱਲ ਮੋੜਨ ਦਾ ਵਕਤ ਆ ਗਿਆ, ਅਸੀਂ ਭਾਈ ਬੇਅੰਤ ਸਿੰਘ ਜੀ ਨੇ ਜਿਹਨੇ ਕੌਮ ਦੀ ਡਿੱਗੀ ਪਾ ਕੌਮ ਦੇ ਸਿਰ ਤੇ ਰੱਖੀ ਸੀ, ਦਰਬਾਰ ਸਾਹਿਬ ਦਾ ਬਦਲਾ ਲੈ ਕੇ ਇੰਦਰਾ ਨੂੰ ਮਾਰਿਆ ਸੀ, ਅੱਜ ਸਾਨੂੰ ਇਹ ਸਾਡਾ ਫਰਜ਼ ਬਣਦਾ ਵੀ ਉਹਨਾਂ ਦੀ ਇਲੈਕਸ਼ਨ ਉਹਨਾਂ ਦਾ ਬੇਟਾ ਲੜਦਾ ਅਸੀਂ ਸਾਂਭੀਏ, ਉਹਨਾਂ ਨੇ ਭਾਈ ਸਰਬਜੀਤ ਸਿੰਘ ਦਾ ਚਿਹਰਾ ਨਹੀਂ ਵੇਖਿਆ, ਠੀਕ ਹੈ ਜੀ ਬਿਲਕੁਲ, ਹਾਂ ਅੱਗੇ ਕੌਣ ਲੱਗਾ ਸੀ ਉਹਨਾਂ ਨੇ ਨਹੀਂ ਵੇਖਿਆ, ਉਹਨਾਂ ਨੇ ਅਣਖ ਦਾ ਸਵਾਲ ਬਣਾ ਲਿਆ, ਨਹੀਂ 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 ਉਹ ਤਾਂ ਆਪਣਾ ਇੱਜ਼ਤ ਔਰ ਗੈਰਤ ਦੀ ਲੜਾਈ ਲੜੀ ਲੋਕਾਂ ਨੇ, ਆਪਣੇ ਤਿਲ ਫੁੱਲ ਭੇਟਾ ਕੀਤਾ ਲੋਕਾਂ ਨੇ, ਦਸਵੰਧ ਜਿਹੜਾ ਸੱਚੀ ਸੁੱਚੀ ਕਿਰਤਾ ਦਸਵੰਧ ਕੱਢ ਕੇ ਦਿੱਤਾ, ਅਸੀਂ ਤਾਂ ਸੰਤ ਹੀ ਨਹੀਂ ਆ, ਨਹੀਂ ਹੁਣ ਲੋਕ ਬਾਰ ਬਾਰ ਪੁੱਛਦੇ ਪਏ ਨੇ ਉਹਨਾਂ ਨੂੰ ਮੈਂ ਕੀ ਜਵਾਬ ਦਿਆਂ, ਉਹ ਕਹਿੰਦੇ ਮਖੂ ਬਾਈ ਬੜੇ ਉਦੋਂ ਤੁਸੀਂ ਐਕਟਿਵ ਹੋ ਹੋ ਕੇ ਪਿੰਡਾਂ ਦੇ ਵਿੱਚ ਨਿਕਲਦੇ ਸੀ, ਕਹਿੰਦੇ ਯਾਰ ਜੰਗ ਤੇ ਅਧੂਰੀ ਵਿੱਚ ਨਹੀਂ ਛੱਡੀ ਦੀ ਹੁੰਦੀ, ਮੈਂ ਕਿਹਾ ਬਾਈ ਜੀ ਮੇਰੇ ਤੇ ਕਾਹਦਾ ਗਿਲਾ ਆ, ਮੈਂ ਤੇ ਆਪਦਾ ਧਰਮ ਫਰਜ਼ ਨਿਭਾਇਆ, ਮੈਂ ਪਿੰਡਾਂ ਦੇ ਵਿੱਚ ਜਾ ਕੇ ਕਵਰੇਜ ਕੀਤੀ, ਸਿਖਰ ਦੁਪਹਿਰਾ ਕੀਤੀਆਂ, ਮੈਂ ਉਹਨਾਂ ਪਿੰਡਾਂ ਦੇ ਵਿੱਚ ਗਿਆ ਜਿਹੜੇ ਪਿੰਡ ਮੇਰੇ ਖਿਆਲ ਦੇ ਵਿੱਚ ਮੇਰੀਆਂ ਪੁਸ਼ਤਾਂ ਨੇ ਨਹੀਂ ਵੇਖੇ ਹੋਣੇ, ਹੈਨਾ ਜੀ ਜੀ ਜੀ, ਮੇਰੀਆਂ ਪੀੜ੍ਹੀਆਂ ਨੇ ਪਿਛਲੀਆਂ ਨੇ ਨਹੀਂ ਵੇਖੇ ਹੋਣੇ, ਮੈਂ ਉਹਨਾਂ ਪਿੰਡਾਂ ਦੇ ਵਿੱਚ ਵੀ ਜਾ ਕੇ ਕਵਰੇਜ ਕੀਤੀ ਆ, ਉਹ ਕਹਿੰਦੇ ਜੰਗ ਵਿੱਚ ਨਹੀਂ ਛੱਡੀ ਦੀ ਹੁੰਦੀ, ਜੰਗ ਸਿਰੇ ਲਾਈ ਦੀ ਹੁੰਦੀ, 4 ਤਰੀਕ ਤੱਕ ਤੁਹਾਡਾ ਫਰਜ਼ ਬਣਦਾ, ਮੈਂ ਕਿਹਾ ਜੀ ਕੀ ਫਰਜ਼ ਬਣਦਾ, ਉਹ ਕਹਿੰਦੇ ਹੁਣ EVM ਮਸ਼ੀਨਾਂ ਜਿਹੜੀਆਂ ਸਾਰੀ ਰਾਤ ਕਿੱਥੇ ਰਹੀਆਂ, ਹੁਣ ਉਹਨਾਂ ਨੂੰ ਜਵਾਬ ਮੈਂ ਕੀ ਦਿਆਂ ਤੇ ਪ੍ਰਸ਼ਾਸਨਿਕ ਅਧਿਕਾਰੀ ਦੇ ਸਕਦੇ ਜਾਂ ਤੁਸੀਂ ਦੇ ਸਕਦੇ ਹੋ, ਅਸੀਂ ਤੁਹਾਨੂੰ ਇਹੀ ਦੱਸ ਰਹੇ ਹਾਂ ਵੀ ਅਸੀਂ ਤਾਂ ਤਿੱਖੀ ਨਜ਼ਰ ਰੱਖੀ ਜੀ, ਅਸੀਂ ਤਾਂ ਹੁਣ ਪਹਿਰਾ ਫੁੱਲ ਦਿੱਤਾ, ਬਾਕੀ ਜਿੰਨੇ ਸਾਡੇ ਆਪਣਾ ਏਜੰਟ ਸੀ ਪਿੰਡਾਂ ਦੇ ਪੋਲਿੰਗ ਬੂਥ ਵਾਲੇ ਮੁੰਡੇ, ਉਹਨਾਂ ਨੇ ਵੀ ਕਹਿੰਦੇ ਅਸੀਂ ਵੀ ਆਪਦੀਆਂ ਇਹਨਾਂ ਨੂੰ ਸਾਈਨ ਕਰਕੇ ਲਏ ਆ, ਇਹਨਾਂ ਦੀ ਸੀਲਾਂ ਜਦੋਂ ਸਾਡੇ ਕੋਲੋਂ ਸੀਲਾਂ ਲੱਗ ਕੇ ਤੁਰੀਆਂ, ਕੁਛ ਨੌਜਵਾਨ ਜਿਵੇਂ ਕਈ ਪਿੰਡਾਂ ਦੇ ਨੌਜਵਾਨ ਛਡਾ ਕੇ ਵੀ ਗਏ ਆ ਅੱਡੋ ਅੱਡੀ ਸੈਂਟਰਾਂ, ਜਿਵੇਂ ਗਿੱਦੜਵਾਈ ਸੈਂਟਰ ਛਡਾ ਗਏ ਆ, ਉਸ ਤੋਂ ਬਾਅਦ ਜਿਵੇਂ ਜੈਤੋ ਸੈਂਟਰ ਚ ਕੋਟਕਪੂਰਾ ਸੈਂਟਰਾਂ ਛਡਾ ਕੇ ਵੀ ਗਏ ਆ, ਉਸ ਤੋਂ ਬਾਅਦ ਹੁਣ ਪਰਮਾਤਮਾ ਜਾਣਦਾ ਉਸ ਤੋਂ ਬਾਅਦ ਕੀ ਹੋਇਆ, ਕਿਉਂਕਿ ਆਪਣੇ ਜਿਹੜੇ ਬੰਦੇ ਅਣਜਾਣ ਵੀ ਆ ਕੁਛ ਨਵੇਂ ਸੀਗੇ ਹਨਾ, ਤੇ ਉਸ ਤੋਂ ਬਾਅਦ ਜਿਹੜੀ ਇੰਨੀ ਦੇਰੀ ਹੋਈ ਉਹਦੇ ਚ ਆਪਾਂ ਕਿਉਂਕਿ ਅਸੀਂ ਸ਼ੱਕ ਕਰ ਰਹੇ ਹਾਂ, ਲੋਕਾਂ ਨੇ ਤਾਂ ਕਰਨਾ ਹੀ ਕਰਨਾ ਦੁਨੀਆਂ ਭਰ ਦਾ, ਕਿਉਂਕਿ ਹਮਦਰਦੀ ਇੰਨੀ ਆ, ਸਤਿਕਾਰ ਹੀ ਇੰਨਾ, ਹੁਣ ਦੱਸੋ ਹੋਰ ਸੀਟ ਤੇ ਕੋਈ ਇੰਨਾ ਰੌਲਾ ਪੈ ਰਿਹਾ ਜਿੰਨਾ ਇਸ ਲੋਕ, ਇਹ ਤੇ ਦਿਲੋਂ ਜੁੜੀਆਂ ਭਾਵਨਾ ਜੁੜੀਆਂ ਸ਼ਰਧਾ ਜ਼ੋਰ ਲੱਗਾ ਪੰਥ ਦਾ ਭਾਈ ਜਨ ਸਿੰਘ ਪ੍ਰਤੀ, ਤਾਂ ਹੀ ਉਹ ਦਰਦ ਮਹਿਸੂਸ ਕਰ ਰਹੇ ਆ ਜੀ, ਕੌਮ ਦੀ ਹਿੱਠੀ ਨਾ ਹੋ ਜੇ, ਪੰਥ ਦੀ ਹਿੱਠੀ ਨਾ ਹੋ ਜੇ ਜੀ, ਕਿਉਂਕਿ EVM ਮਸ਼ੀਨਾਂ ਦੇ ਉੱਪਰ ਭਾਈ ਸਾਹਿਬ ਜੀ ਲੰਮੇ ਸਮੇਂ ਤੋਂ, ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਭਾਨੂ ਪ੍ਰਤਾਪ ਜੀ ਹੋਰੀ ਵੀ ਲੰਮੇ ਸਮੇਂ ਤੋਂ ਕਹਿ ਰਹੇ ਨੇ, ਹੋਰ ਵੀ ਬਥੇਰੇ ਐਸੇ ਸੁਪਰੀਮ ਕੋਰਟ ਦੇ ਵਕੀਲਾਂ ਨੇ ਇਹ ਗੱਲ ਮੰਗ ਕੀਤੀ ਹੈ ਵੀ ਇਹ ਜਿਹੜੀ ਹੈ EVM ਹੈ ਇਹ ਬਹੁਤ ਵੱਡਾ ਘਪਲਾ ਹੈ, ਦੋ ਨੰਬਰੀ ਦਾ, ਇਸ ਤੋਂ ਪਹਿਲਾਂ ਵੀ ਇਹ ਆਵਾਜ਼ਾਂ ਉੱਠ ਚੁੱਕੀਆਂ ਨੇ, ਇਹ ਆਵਾਜ਼ ਕੋਈ ਦਲੇਰ ਸਿੰਘ ਡੋਡ ਨਹੀਂ ਆ, ਹਰਪ੍ਰੀਤ ਸਿੰਘ ਮੱਗੂ ਨਹੀਂ ਆ, ਸਰਬਜੀਤ ਸਿੰਘ ਮਲੋਆ ਨੇ ਨਹੀਂ ਉਠਾਈ, ਇਸ ਤੋਂ ਪਹਿਲਾਂ ਸ਼ੱਕ ਦੇ ਘੇਰੇ ਦੇ ਵਿੱਚ ਚੀਜ਼ ਆਈ ਹੈ, ਪਰ ਜਦੋਂ ਇਸ ਤਰੀਕੇ ਦੇ ਨਾਲ ਚੀਜ਼ ਹੁਣ ਤੁਹਾਨੂੰ 12 ਵਜੇ ਕਹਿ ਕੇ ਤੇ ਆ ਰਹੀ ਹੈ 8 ਵਜੇ, ਮੰਨ ਕੇ ਚਲੋ ਯਾਰ ਕਿਸੇ ਗੱਡੀ ਟ੍ਰੇਨ ਦੇ ਆਉਣ ਦੇ ਵਿੱਚ ਵੀ ਕੋਈ ਅੱਧਾ ਘੰਟਾ 15 ਮਿੰਟ ਦੇਰੀ ਹੋ ਸਕਦੀ ਹੈ, ਜੀ ਜੀ ਜੀ, ਹੈਨਾ 12 ਵਜੇ ਦਾ ਤੁਹਾਨੂੰ ਟਾਈਮ ਦਿੱਤਾ, ਤੁਸੀਂ 12 ਵਜੇ ਆ ਗਏ, ਚੀਜ਼ ਆ ਰਹੀ ਤੁਹਾਡੇ ਕੋਲ ਸਵੇਰੇ 7-8 ਵਜੇ ਜਾਂ 9 ਵਜੇ ਆ ਰਹੀ ਹੈ, ਜੀ ਜੀ ਜੀ, ਹੈਨਾ, ਤੇ ਉਹ ਚੀਜ਼ ਦਾ ਕਿਸੇ ਨਾ ਕਿਤੇ ਸ਼ੱਕ ਪੈਦਾ ਕਰਦੀ ਹੈ, ਜਿਵੇਂ ਗਿੱਦੜਵਾਹ ਸਾਨੂੰ ਇੱਥੋਂ ਬਸ ਆਪਣਾ ਪੈਂਦਾ ਹੋਊਗਾ ਵੱਧ ਤੋਂ ਵੱਧ 80-80 ਕਿਲੋਮੀਟਰ ਪੈਂਦਾ ਉਹ ਫਰੀਦਕੋਟ ਤੋਂ, ਜੈਤੋਂ 40 ਕਿਲੋਮੀਟਰ ਪੈਂਦਾ ਹੋਊਗਾ, ਕੋਟਕਪੂਰਾ 13 ਪੈਂਦਾ, 80-85-80 ਕਿਲੋਮੀਟਰ ਰਾਮਪੁਰਾ ਫੂਲ ਪੈਂਦਾ ਹੋਊਗਾ, 80 ਕਿਲੋਮੀਟਰ ਦੀ ਜੇ ਆਪਾਂ ਕਰੀਏ ਘੰਟੇ ਕੀ ਦੀ ਹੋ ਸਕਦੀ ਹੈ ਦੂਰੀ, 1.5 ਘੰਟੇ ਦੀ ਵੱਧ ਤੋਂ ਵੱਧ ਹੋ ਸਕਦੀ ਹੈ ਜੇ ਟਰੱਕ ਦੇ ਵੀ ਆਉਣ, ਇੱਥੋਂ ਸ਼ੱਕ ਹੁੰਦਾ ਨਾ ਵੀ ਚਲੋ ਮੰਨ ਲੈਂਦੇ ਆਪਾਂ 10-11 ਵਜੇ ਪਿੰਡਾਂ ਚੋਂ ਆ ਗਈਆਂ, 12 ਵਜੇ ਵੀ ਆ ਗਈਆਂ, ਤੇ ਉਹ ਪਹੁੰਚਣੀਆਂ ਆਪਣਾ 1 ਵਜੇ ਵੀ ਪਹੁੰਚ ਸਕਦੀਆਂ, 1:30 ਵਜੇ ਕਿੱਥੇ 9 ਵਜੇ ਪਹੁੰਚਦੇ, ਇੱਥੋਂ ਫਿਰ ਸ਼ੱਕ ਦੇ ਘੇਰੇ ਚ ਆਉਂਦੀ ਹੈ ਗੱਲ, ਕਿਉਂਕਿ ਜਿਹੜੀ ਚੀਜ਼ ਤੇ ਪਹਿਲਾਂ ਸ਼ੰਕਾ ਹੋਵੇ ਲੋਕਾਂ ਨੂੰ
ਜੀ ਪਹਿਲਾਂ ਹੀ ਰੌਲਾ ਇੰਨਾ ਪਿਆ ਹੋਵੇ, ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਹੀ ਰੌਲਾ ਪਿਆ ਵਿਆ, ਹਰੇਕ ਬੰਦਾ ਪੜ੍ਹਿਆ ਲਿਖਿਆ ਅਖਬਾਰ ਪੜ੍ਹਦਾ ਪੇਪਰ ਪੜ੍ਹਦਾ, ਸੁਪਰੀਮ ਕੋਰਟ ਦੇ ਵਕੀਲਾਂ ਨੇ ਇੱਥੇ ਕੇਸ ਕੀਤਾ ਸੀਗਾ ਵੀ ਇਹਦੇ ਰਾਹੀਂ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ, ਫਿਰ ਇੱਥੋਂ ਇੰਨੀ ਇੰਨੀ ਕਾਫ਼ ਜੇ ਤਾਂ ਬਾਹਲੀ ਦੂਰ ਹੋਵੇ ਫਿਰ ਤਾਂ ਪਤਾ ਹੀ ਹੈ, 1.5 ਤੋਂ 2 ਘੰਟਿਆਂ ਦੀ ਆਪਾਂ ਵਾਟ ਕਰ ਲਓ ਤੁਸੀਂ ਦੂਰੀ ਕਰ ਲਓ, 1.5 ਤੋਂ 2 ਘੰਟਿਆਂ ਦੇ ਵਿੱਚ ਪਹੁੰਚਣੇ ਜੇ ਸਭਿਅਕ ਭਾਸ਼ਾ ਦੇ ਵਿੱਚ ਆਪਾਂ ਕੋਈ ਐਸਾ ਮਾਹੌਲ ਨੀ ਵਿਗਾੜਨਾ ਵੀ ਕੱਲ ਨੂੰ ਲੋਕ ਕਹਿਣ ਵੀ ਇਹ ਤਾਂ ਸਾਰੇ ਤੱਤੇ ਸੀ, ਹਨਾ, ਸਭਿਅਕ ਭਾਸ਼ਾ ਵਿੱਚ ਉਹਨਾਂ ਨੂੰ ਕਹੋ ਵੀ ਸਾਨੂੰ ਸਾਰੀ ਦੀ ਸਾਰੀ ਜਿਹੜੀ ਵੀਡੀਓਗ੍ਰਾਫੀ ਉਹ ਦਿਖਾਈ ਜਾਵੇ, ਪਰ ਇਹ ਕਿਰਪਾ ਕਰਕੇ 4 ਤੋਂ ਪਹਿਲਾਂ ਵੇਖੀ ਜਾਵੇ, ਅੱਜ ਬਾਈ ਜੀ 3 ਤਰੀਕ ਹੋ ਗਈ ਹੈ ਤੇ ਕੁਛ ਘੰਟੇ ਰਹਿ ਗਏ ਨੇ, ਇਹ ਵੀਡੀਓਗ੍ਰਾਫੀ ਪੂਰੀ ਵੇਖੀ ਜਾਵੇ, ਜੇ ਤੁਹਾਨੂੰ ਲੱਗੇ ਕਿਤੇ, ਕਿਉਂਕਿ ਮੈਂ ਮੀਡੀਆ ਲਾਈਨ ਦੇ ਨਾਲ ਸੰਬੰਧਿਤ ਹਾਂ, ਕਿਤੇ ਤੁਹਾਨੂੰ ਲੱਗੇ ਵੀ ਇਹਦੇ ਆਉਣ ਦੀ ਲੋੜ ਹੈ, ਕੋਈ ਗੱਲ ਨੀ, ਮੈਂ ਆਪਦੇ ਕੰਮ ਕਰ ਛੱਡ ਕੇ ਮੈਂ ਉੱਥੇ ਪਹੁੰਚ ਜਾਵਾਂਗਾ, ਤੇ ਇਹ ਵੀਡੀਓਗ੍ਰਾਫੀ ਜਿਹੜੀ ਇਹਨੂੰ ਪੂਰਾ ਨਜ਼ਰ ਦੇ ਵਿੱਚੋਂ ਕੱਢਿਆ ਜਾਵੇ, ਤਾਂ ਕਿ ਆਪਣਾ ਇੱਕ ਜਿਹੜਾ ਸ਼ੱਕ ਲੋਕਾਂ ਵਿੱਚ ਪਿਆ ਘੱਟੋ ਘੱਟ ਸ਼ੱਕ ਤੇ ਕਲੀਅਰ ਕਰ ਦਈਏ, ਤੇ ਆਪਣੇ ਲੋਕ ਹੀ ਆਪਣੇ ਆਪਣੇ ਆਪਣੀ ਜਿਹੜੀ ਕੌਮ ਹੈ ਨਾ, ਮੇਰੇ ਦਲੇਰ ਡੋਟ ਵੀਰੇ, ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਛਤਰ ਤੇ ਛਿੱਤਰ ਇਹ ਇਕੱਠਾ ਹੀ ਚੁੱਕਦੀ ਹੈ, ਹਨਾ, ਮਿੰਟ ਲਾਉਂਦੇ ਨੇ ਛਤਰ ਚਲਾਉਣ ਲੱਗਿਆ ਤੇ ਮਿੰਟ ਲਾਉਂਦੇ ਨੇ ਛਤਰ ਇਕੱਠਾ ਕਰਕੇ ਛਿੱਤਰ ਚੁੱਕ ਲੈਂਦੇ ਨੇ, ਹਨਾ, ਮੁੜ ਕੇ ਇਹਨਾਂ ਨੇ ਕਹਿਣਾ ਇੰਨੀ ਮਿਹਨਤ ਕੀਤੀ ਸੀ ਹੁਣ 2 ਦਿਨਾਂ ਦੇ ਵਿੱਚ ਤੁਹਾਨੂੰ ਕੀ ਹੋ ਗਿਆ ਬਈ, ਹੈ ਵੀ ਹੁਣ ਤੁਹਾਡੇ ਪੈਰਾਂ ਦੇ ਵਿੱਚ ਖਾਜ ਹੋਣ ਲੱਗ ਪਈ, ਹੁਣ ਕਿਉਂ ਨਾ ਉੱਥੇ ਬੈਠੇ, ਸੋ ਬੜੀ ਪ੍ਰਕਾਰ ਦੀਆਂ ਗੱਲਾਂ ਆਪਾਂ ਨੂੰ ਸੁਣਨੀਆਂ ਪੈ ਸਕਦੀਆਂ, ਇਸ ਕਰਕੇ ਪੂਰੀ ਦੀ ਪੂਰੀ ਵੀਡੀਓਗ੍ਰਾਫੀ ਇੱਕ ਵਾਰੀ ਨਜ਼ਰ ਦੇ ਵਿੱਚੋਂ ਕੱਢ ਲਓ, ਜਿਹੜੇ ਅਫਸਰ ਨੇ ਉਹਨਾਂ ਦੀ ਵੀ ਸੈਟੀਸਫੈਕਸ਼ਨ ਹੋ ਜਾਵੇ ਵੀ ਅਸੀਂ ਚੀਜ਼ ਮੁਹੱਈਆ ਕਰਵਾਤੀ ਤੇ ਤੁਹਾਡੀ ਵੀ ਸੈਟੀਸਫੈਕਸ਼ਨ ਹੋ ਜਾਵੇ। ਜੀ ਜੀ ਬਿਲਕੁਲ ਜੀ, ਮਖੂ ਸਾਹਿਬ ਧੰਨਵਾਦ ਤੁਹਾਡਾ, ਤੁਸੀਂ ਹਮਦਰਦੀ ਰੱਖ ਕੇ ਅੰਦਰੋਂ ਦਿਲੋਂ ਚੱਲ ਰਹੇ ਹੋ, ਤੁਸੀਂ ਵਾਰ ਵਾਰ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਬਾਕੀ ਜਿੰਨਾ ਮੀਡੀਆ ਸਾਰਿਆਂ ਨੇ ਤਿੱਖੀ ਨਜ਼ਰ ਰੱਖੀ ਹੋਈ ਹੈ, ਸਾਰੇ ਮੀਡੀਆ ਦਾ ਧੰਨਵਾਦ, ਤੁਹਾਡਾ ਧੰਨਵਾਦ, ਜਿਹੜੇ ਤੁਸੀਂ ਅੱਜ ਵੀ ਉੱਥੇ ਨਜ਼ਰ ਰੱਖ ਰਹੇ ਹੋ, ਹਮਦਰਦੀ ਰੱਖ ਰਹੇ ਹੋ ਭਾਈ ਬੇਅੰਤ ਸਿੰਘ ਪ੍ਰਤੀ। ਬਿਲਕੁਲ, ਮੈਂ ਭਾਈ ਸਾਹਿਬ ਨਾਲ ਗੱਲ ਕਰਕੇ, ਜਵਾਰਕੇ ਸਾਹਿਬ ਭਾਈ ਸਰਜੀਤ ਸਿੰਘ ਖਾਲਸਾ ਜੀ ਨਾਲ ਗੱਲ ਕਰਕੇ ਅਸੀਂ ਜਦ ਦੁਬਾਰਾ ਫਿਰ ਜਾ ਰਹੇ ਹਾਂ ਡੀਸੀ ਸਾਹਿਬ ਨੂੰ ਮਿਲ ਰਹੇ ਹਾਂ ਰਿਪੋਰਟ, ਇਹਦੇ ਬਾਰੇ ਅਸੀਂ ਕਹਾਂਗੇ ਵੀ ਸਾਨੂੰ ਜਲਦ ਦਿਖਾਓ ਜਿਹੜੀ ਵੀਡੀਓ ਤੁਸੀਂ ਕਹਿ ਰਹੇ ਹੋ, ਜਿਹੜੇ ਹੈ ਉਹ ਜਿਸ ਤਰ੍ਹਾਂ ਕੰਪੇਨ ਚੱਲੀ ਹੈ, ਜਿਸ ਤਰ੍ਹਾਂ ਪਹਿਲੇ ਅਸੀਂ ਵੀਡੀਓ ਦੇਖੀਆਂ ਮਾਹੌਲ ਬਣਿਆ ਸੀ, ਉਸ ਤੋਂ ਇਹ ਹੀ ਲੱਗ ਰਿਹਾ ਵੈ ਕਿ ਉਹ ਇੱਕ ਵੱਡੀ ਲੀਡ ਦੇ ਨਾਲ ਜਿੱਤਣਗੇ, ਲੇਕਿਨ ਜਿਹੜੀਆਂ ਹੁਣ ਖਬਰਾਂ ਸਾਹਮਣੇ ਆਈਆਂ, ਜਿਹੜੀ ਅਸੀਂ ਵੀਡੀਓ ਦੇਖੀ ਹੈ ਕਿ ਮਸ਼ੀਨਾਂ ਇੰਨੀਆਂ ਲੇਟ ਕਿਉਂ ਆਈਆਂ, ਇਹ ਸਾਰਿਆਂ ਦੇ ਦਿਮਾਗ ਦੇ ਵਿੱਚ ਇੱਕ ਸ਼ੱਕ ਪੈਦਾ ਕਰਨ ਡਈ ਹੈ, ਇੱਕ ਸ਼ੰਕਾ ਪੈਦਾ ਕਰਨ ਡਏ ਹੈ ਕਿ ਇਹ ਜਦੋਂ 80 ਕਿਲੋਮੀਟਰ ਦਾ ਸਫ਼ਰ ਹੈ ਤਾਂ ਮਸ਼ੀਨਾਂ ਨੂੰ ਆ ਜਾਣਾ ਚਾਹੀਦਾ 2 ਘੰਟੇ ਵਿੱਚ, ਫਿਰ ਮਸ਼ੀਨਾਂ ਕਿਉਂ ਨਹੀਂ ਆਈਆਂ, ਇਹ ਜਿਹੜੀ ਚੀਜ਼ ਹੈ ਇਹ ਲੈ ਕੇ, ਅਤੇ ਇਹ ਹਰ ਕਿਸੇ ਦੇ ਮੈਂ ਵੀ ਸੁਣਿਆ ਵਾ, ਮੈਨੂੰ ਵੀ ਲੱਗ ਰਿਹਾ ਵਾ ਕਿ ਜਿਸ ਤਰ੍ਹਾਂ 2 ਨੰਬਰ ਧਾਂਦਲੀ ਕੀਤੀ ਗਈ ਹੋਵੇ, ਇਹ ਤਾਂ ਵੀਰੋ ਹੁਣ ਜਿਸ ਤਰ੍ਹਾਂ ਮੱਕੂ ਸਾਹਿਬ ਨੇ ਕਿਹਾ ਵਾ ਕਿ ਪੂਰੀ ਜਿਹੜੀ ਵੀਡੀਓਗ੍ਰਾਫੀ ਹੈ ਉਹ ਦੇਖੀ ਜਾਵੇ, ਤਾਂ ਕਿ ਐਕਸਪਰਟ ਲੋਕ ਦੇਖਣ, ਤਾਂ ਕਿ ਜਿਹਨਾਂ ਨੂੰ ਪਤਾ ਹੋਵੇ ਕਿ ਕਿਤੋਂ ਐਡੀਟਿੰਗ ਤਾਂ ਨਹੀਂ ਕੀਤੀ, ਕਿਤੋਂ ਕੱਟ ਤਾਂ ਨਹੀਂ ਕੀਤਾ, ਜਿਹੜੀ ਓਰੀਜਨਲ ਵੀਡੀਓ ਹੈ ਓਰੀਜਨਲ ਨੂੰ ਦੇਖਿਆ ਜਾਵੇ, ਓਰੀਜਨਲ ਵੀਡੀਓ ਦੇਖੋਗੇ ਤਾਂ ਪਤਾ ਚੱਲ ਜਾਏਗਾ ਕਿਤੇ ਕੱਟ ਲੱਗਾ ਹੋਇਆ ਕੁਛ ਵੀ ਲੱਗਾ ਹੋਇਆ, ਤਾਂ ਉੱਥੇ ਪਤਾ ਚੱਲੇਗਾ, ਅਤੇ ਵੀਰੋ ਇਹ ਲਾਜ਼ਮੀ ਤੌਰ 'ਤੇ ਕਰਨਾ ਚਾਹੀਦਾ ਵੈ, ਹੁਣ ਤਾਂ ਟਾਈਮ ਖਤਮ ਹੋ ਗਿਆ ਵੈ, 4 ਜੂਨ ਆ ਗਿਆ ਵੈ, ਅਤੇ ਫਿਰ ਪਤਾ ਚੱਲੇਗਾ ਕਿ ਕੌਣ ਜਿੱਤਿਆ, ਹਾਲਾਂਕਿ ਪੰਥ ਨੇ ਪੂਰਾ ਜ਼ੋਰ ਲਾਇਆ ਸੀ ਕਿ ਭਾਈ ਸਰਬਜੀਤ ਸਿੰਘ ਜਿਹੜੇ ਹੈ ਉਹ ਜਿੱਤਣ, ਅਤੇ ਜਿਹੜਾ ਇੱਕ ਮਾਣ ਹੈ, ਇੱਕ ਪੂਰਾ ਪੰਥ ਦੀ ਜਿਹੜੀ ਇੱਜ਼ਤ ਲੱਗੀ ਦਾਓ 'ਤੇ, ਇਹ ਉਹਦੇ ਵਿੱਚ ਕਾਮਯਾਬ ਹੋਣ, ਇਹ ਤਾਂ ਵੀਰੋ ਹੁਣ 4 ਜੂਨ ਨੂੰ ਪਤਾ ਲੱਗੇਗਾ ਕਿ ਕੀ ਹੋਇਆ, ਲੇਕਿਨ ਭਾਈ ਮੱਖੂ ਸਾਹਿਬ ਨੇ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਡਿਊਟੀ ਨਿਭਾਈ ਹੈ, ਅਤੇ ਉਹਨਾਂ ਨੇ ਬੜੇ ਅੱਛੇ ਸਵਾਲ ਕੀਤੇ ਹੈ, ਇਹ ਗੱਲ ਨੂੰ ਬਹੁਤ ਵਧੀਆ ਕਲੀਅਰ ਕੀਤਾ। ਵੀਰੋ ਤੁਹਾਡਾ ਇਸ ਦੇ ਬਾਰੇ ਕੀ ਰਾਏ ਹੈ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ, ਆਪਣਾ ਢੇਰ ਸਾਰਾ ਖਿਆਲ ਰੱਖਿਓ, ਦੁਆ ਯਾਦ ਰੱਖਿਓ, ਅੱਲਾ ਹਾਫਿਜ਼।